हाँ भाई, कैसे हो? यूट्यूब दे शिकारी हो? बुखार सीगा, हुणे सुत्ता उठे हां। ती उठी हां, बाल खिलदे आ, डॉक्टर चली दंद सेट करवाउण। देखी देखी संधू साहब, तत्ते चल गए तुसी तां। अज बहुत घेंट जी इनफॉर्मेशन टाइप जी वाली वीडियो आ भी, सिद्धू मूसे वाला किवें अगे लैके जा सकदा पंजाबी इंडस्ट्री नूं, जिथे हैगे आ भी पूरे वर्ल्ड लैवल च किवें रिकॉग्नाइजेशन होऊगी पंजाबियां दी। देखदे रहो, स्किप कीता जे देख लिओ, फिर आई टुट जाणी है भाई अपनी। लिरिक्स वाला तां काम पहलां ही सिरा सिद्धू वल्लों, म्यूजिक वाला भी हुण नवां स्टाइल चलाता, बस हुण वीडियो की कमी रह गई। अजकल जिहड़ा चलता आम उही ग्रीन स्क्रीन वाला काम चली आ रहा जे इंडस्ट्री दे विच, ते बाहर वाले काम 3D विच बहुत करते हैं। मतलब जिवें तुसीं आ ट्रैविस स्कॉट का गाना इत्थे देखो, आ जिहड़ा चल रहा यह असली है, इतों आह जिहड़ा बनाया होया यह 3D विच बनाया होया। मतलब एक एक बंदे ने जीव बनाई हो, दंद बनाए होणगे, यह 3D विच क्रिएट किया होया, कंप्यूटर ते बह के सारा कुछ, कंप्यूटर दे विच बह के बनाया, ਵਿੱਚ ਤਾਂ ਨਹੀਂ ਬੈਠੇ, ਚੱਲ ਕੰਪਿਊਟਰ 'ਤੇ ਬਹਿ ਕੇ ਬਣਾਇਆ ਹੋਇਆ। ਐਡੀਟਰ ਕਹਿ ਲਓ, VFX ਆਰਟਿਸਟ ਕਹਿੰਦੇ ਆ ਵੈਸੇ ਲੋਕਾਂ ਨੂੰ। ਇਹ ਚੀਜ਼ ਸਿਰਫ ਇਸ ਟਾਈਮ ਸਿੱਧੂ ਹੀ ਲਿਆ ਸਕਦਾ, ਕਿਉਂਕਿ ਜੇ ਸਟੈਪ ਅਪ ਕਰਨੀ ਆ ਗੇਮ ਆਪਣੀ ਹੋਰ ਹਾਲੀਵੁੱਡ ਲੈਵਲ ਜਾਂ ਫਿਰ ਉਹਨਾਂ ਤੋਂ ਵੀ ਉੱਤੇ, ਤਾਂ ਆਪਾਂ ਨੂੰ 3D 'ਚ ਕੰਮ ਕਰਨਾ ਚਾਹੀਦਾ। ਇਹ ਇੱਕ ਤਰ੍ਹਾਂ ਦਾ ਕਹਿ ਲਓ, ਕੀ ਕਹਿੰਦੇ ਹੁੰਦੇ ਆ, ਸਲਾਹ ਕਹਿ ਲਓ ਵੀ, ਚਲੋ ਸਾਡੀ ਸਲਾਹ ਕਿਹਨੇ ਸੁਣਨੀ ਆ। ਬਸ ਚੱਕਰ ਇੱਕ ਆਹੀ ਆ ਵੀ ਚਾਰਜ ਬਹੁਤ ਕਰਦੇ ਨੇ, ਪੈਸੇ ਬਹੁਤ ਲੈਂਦੇ ਨੇ, ਕਿਉਂਕਿ ਇਹ ਜਿਹੜਾ ਜਦ 3D ਬੰਦਾ ਬਣਾ ਲੈਂਦਾ, ਆਮ ਤੌਰ 'ਤੇ ਵੀਡੀਓ ਦੇ ਵਿੱਚ 24 ਤੋਂ ਲੈ ਕੇ 30 ਫਰੇਮ ਹੁੰਦੇ ਆ ਇੱਕ ਸਕਿੰਟ ਦੇ ਵਿੱਚ। ਲਾ ਲਓ ਸਾਹਿਬ, ਇੱਕ ਇੱਕ ਫਰੇਮ ਰੈਂਡਰ ਕਰਨ ਨੂੰ ਵੀ ਨਾ ਕਈ ਕਈ ਮਿੰਟ ਲੱਗ ਜਾਂਦੇ ਆ, ਚਾਰ ਚਾਰ ਪੰਜ ਪੰਜ ਮਿੰਟ। ਜੇ ਪੂਰੀ 3 ਮਿੰਟ ਦੀ ਵੀਡੀਓ ਹੋਵੇ, ਦੇਖ ਲਓ ਇੱਕ ਸਕਿੰਟ ਦੇ ਵਿੱਚ ਜੇ 24 ਫਰੇਮ ਵੀ ਲਾ ਲਓ, ਤਾਂ 3 ਮਿੰਟ ਨੂੰ ਆਪੇ ਲਾ ਲਓ ਸਾਹਿਬ, ਕਿੰਨਾ ਟਾਈਮ ਲੱਗ ਜਾਂਦਾ, ਤੇ ਹਾਰਡਵੇਅਰ ਵੀ ਤਕੜਾ ਚਾਹੀਦਾ ਇਹਦੇ ਲਈ। ਤਾਂ ਕਰਕੇ ਇਹ ਚੀਜ਼ ਮਹਿੰਗੀ ਬਹੁਤ ਆ, ਪਰ ਜੇ ਇਹ ਚੀਜ਼ 'ਚ ਇਨਵੈਸਟ ਕਰਾਂਗੇ ਤਾਂ ਹੀ ਰਿਜ਼ਲਟ ਵੀ ਟੌਪ ਦਾ ਮਿਲੂਗਾ। ਅੱਜ ਕੱਲ੍ਹ ਉਹੀ ਚੱਲਦਾ ਵੀ ਖੜ ਜਾਂਦੇ ਨੇ, ਉਂਗਲ ਜੀ ਮਾਰ ਦਿੰਦੇ ਨੇ ਕਨਸੈਪਟ। ਪਹਿਲਾਂ ਸਿੱਧੂ ਨੇ ਕਾਫੀ ਵਧੀਆ ਲਿਆਂਦੇ ਵੀ, ਨਵੇਂ ਨਵੇਂ ਵੀਡੀਓ ਡਾਇਰੈਕਟਰ ਜਿਵੇਂ ਅਜੀਜ਼ ਮਾਨ ਹੋ ਗਏ, ਆਗਮ ਮਾਨ ਹੋ ਗਏ, ਕਾਫੀ ਇਹਨਾਂ ਨੇ ਹੋਰਾਂ ਸਿੰਗਰਾਂ ਨਾਲ ਵੀ ਹੁਣ ਕੰਮ ਕਰਨ ਲੱਗ ਗਏ, ਜਿਵੇਂ ਕਰਨ ਔਜਲੇ ਦਾ ਮੈਕਸੀਕੋ ਗਾਣਾ ਆਇਆ, ਕਾਫੀ ਵਧੀਆ ਕੰਮ ਕੀਤਾ ਉਹਨਾਂ ਨੇ। ਐਵੇਂ ਹੀ ਹੋਰ ਬੰਦਿਆਂ ਨੂੰ, ਨਵਿਆਂ ਨੂੰ ਵੀ ਲਿਆਉਣਾ ਚਾਹੀਦਾ, ਸਿੱਧੂ ਨੂੰ ਵੀ, ਜਿਹੜੇ 3D ਆਰਟਿਸਟ ਹੋਣ, ਜਿਹੜੇ ਆਹ ਚੀਜ਼ 'ਚ ਕੰਮ ਕਰਨ। ਵੀਡੀਓ ਦਾ ਸ਼ੂਟ ਕਰ ਲਈ, ਉਹ ਤੋਂ ਬਾਅਦ ਜਿਹੜਾ ਕੰਪਿਊਟਰ 'ਤੇ ਕੰਮ ਹੋਣਾ ਉਹ ਵੀ ਹੈਵੀ ਹੋਣ ਲੱਗ ਗਿਆ। ਜਿਹੜਾ ਫੇਮਸ ਗਾਣਾ ਸੀ ਇਹਦੇ ਵਿੱਚ ਕਾਫੀ ਯਕੜ ਜੰਗਾ ਐਡੀਟਿੰਗ ਜੀ ਕੀਤੀ ਹੋਈ ਸੀ, ਘੈਂਟ ਜੀ ਕੀਤੀ ਹੋਈ ਸੀ। ਬਾਕੀ ਇਹੀ ਸੁਜੈਸ਼ਨ ਆਪਣੀ ਹੁਣ ਵੀ ਜਿਹੜਾ ਹੁਣ ਪੋਸਟ ਪ੍ਰੋਡਕਸ਼ਨ ਦਾ ਕੰਮ ਆ, ਉਹ ਵੀ ਥੋੜ੍ਹਾ ਜਿਹਾ ਚੱਕਣਾ ਚਾਹੀਦਾ ਸਿੱਧੂ ਨੂੰ, ਉਹ 'ਤੇ ਵੀ ਬਜਟ ਕੱਢਣਾ ਚਾਹੀਦਾ, ਕਿਉਂਕਿ ਜੇ ਆਪਾਂ ਡਰੇਕ ਉਹਨਾਂ ਨਾਲ ਜਾ ਕੇ ਉੱਥੇ ਕਲੈਬ ਵਗੈਰਾ ਕਰਨੀ ਆ, ਤਾਂ ਆਪਾਂ ਨੂੰ ਵੀਡੀਓ ਵਾਲਾ ਕੰਮ ਵੀ ਖਿੱਚਣਾ ਚਾਹੀਦਾ। ਆਹ ਦੇਖੋ ਕੁਝ ਹੋਰ ਸੈਂਪਲ, ਆਹ ਚੀਜ਼ਾਂ ਚੱਲ ਰਹੀਆਂ, ਆਹ ਚੀਜ਼ਾਂ ਚੱਲਦੀਆਂ ਨੇ ਹਾਲੀਵੁੱਡ 'ਚ। ਮਤਲਬ ਉਹ 3D ਵਾਲੇ ਆਰਟਿਸਟ ਤੇ VFX ਵਾਲੇ ਆਰਟਿਸਟਾਂ ਦੇ ਬਹੁਤ ਪੈਸੇ ਖਰਚਦੇ ਨੇ, ਉਹਦਾ ਰਿਜ਼ਲਟ ਵੀ ਦੇਖੋ ਫਿਰ ਕਿੰਨਾ ਵਧੀਆ ਲੱਗਦਾ। ਕਿਉਂਕਿ ਮੈਂ ਤਾਂ ਕਹਿ ਰਿਹਾ, ਸਿੱਧੂ ਵੀ ਇਹ ਚੀਜ਼ ਕਰ ਸਕਦਾ, ਕਿਉਂਕਿ ਸਿੱਧੂ ਐਕਸਪੈਰੀਮੈਂਟ ਕਰਦਾ ਰਹਿੰਦਾ। ਬਾਕੀ ਯਾਰ, ਕੱਲ ਮੈਂ ਕਿਹਾ ਸੀਗਾ ਵੀ ਸਬਸਕ੍ਰਾਈਬ ਬਟਨ ਵਾਲਾ ਬਟਨ ਬਾਲਾ ਨਾ ਦੱਬਿਓ, ਵੀ ਤੋੜ ਤੂੜ ਨਾ ਦਿਓ ਯਾਰ, ਕੱਲ ਕਈ ਘਸਾ ਗਏ ਯਾਰ ਭੈਣ, ਜੋ ਹੁਣ ਕੀ ਕਰੀਏ ਯਾਰ, ਨਵਾਂ ਲਾਉਣਾ ਪੈਣਾ ਮੈਨੂੰ। ਚੱਲ ਠੀਕ ਆ।